ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਜਿਹੜੇ ਐਡੀਸ਼ਨਲ ਪੇਪਰ ਭਰੇ ਹੋਏ ਨੇ ਉਹਨਾਂ ਦੀ ਡੇਟਸ਼ੀਟ ਪਹਿਲਾਂ ਤੋਂ ਤਿੰਨ ਵੀਡੀਓ ਮੈਂ ਪਾਈਆਂ ਸੀ ਲੇਕਿਨ ਡੇਟ ਸ਼ੀਟ ਕੁਝ ਕੁ ਰਿਵਾਈਜ਼ ਹੋਈਆਂ ਨੇ 5 ਤੇ 6 ਤਰੀਕ ਨੂੰ ਫਿਰ ਤੋਂ ਡੇਟ ਸ਼ੀਟ ਪਈਆਂ ਨੇ ਸੋ ਮੈਂ ਇਹ ਤਾਂ ਨਹੀਂ ਦੱਸ ਸਕਦਾ ਕਿ ਹਰ ਇੱਕ ਡੇਟ ਸ਼ੀਟ ਵਿੱਚ ਕੀ ਤਬਦੀਲੀ ਆਈ ਹੈ ਕੁਝ ਤਬਦੀਲੀਆਂ ਆਈਆਂ ਨੇ ਜ਼ਿਆਦਾ ਤਬਦੀਲੀਆਂ ਨਹੀਂ ਵੀ ਆਈਆਂ ਸੋ ਤੁਹਾਨੂੰ ਆਪਣੀ ਡੇਟ ਸ਼ੀਟ ਔਰ ਆਪਣੇ ਸੈਮ 1 ਸੈਮ 3 ਔਰ ਸੈਮ 5th ਦੀ ਡੇਟ ਸ਼ੀਟ ਖੁਦ ਦੇਖਣੀ ਪੈਗੀ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵੈਬਸਾਈਟ ਤੇ ਜਾਣਾ ਹੈ ਉੱਥੇ ਇਹ ਸੱਜੇ ਹੱਥ ਡੇਟ ਸ਼ੀਟ ਇੱਥੇ ਕਲਿੱਕ ਕਰਨਾ ਹੈ ਇੱਥੇ ਕਲਿੱਕ ਹੋ ਜਾਣਗੀਆਂ ਡੇਟ ਲਿਖੀ ਹੋਈ ਹੈ ਜਿਹੜੀਆਂ 6 ਤਰੀਕ ਨੂੰ ਅਪਲੋਡ ਹੋਈਆਂ ਹਨ ਔਰ ਇਸ ਤਰਫ ਤੁਸੀਂ ਆਪਣੀ ਕਲਾਸ ਦੇਖਣੀ ਹੈ ਮਾਸਟਰ ਡਿਗਰੀਆਂ ਪਹਿਲਾਂ ਆ ਰਹੀਆਂ ਹਨ نیچے ਜਾ ਕੇ ਬੈਚਲਰ ਦੀਆਂ ਆਣ ਗਈਆਂ ਤੁਸੀਂ ਦੇਖ ਸਕਦੇ ਹੋ ਐਮਏ ਐਮਐਸਸੀ ਚੱਲ ਰਹੀ ਹੈ ਇਸ ਤੋਂ ਬਾਅਦ ਇਹ ਵਾਲੀ ਬੀਐਸ ਐਮ 5th ਸੀਸੀ ਐਂਡ ਪ੍ਰਾਈਵੇਟ ਜਿਹੜੀ ਐਡੀਸ਼ਨਲ ਦੀ ਡੇਟ ਸ਼ੀਟ ਹੈ ਇਹ 5 3 ਨੂੰ 5 12 2023 ਨੂੰ ਰਿਵਾਈਜ਼ ਹੋਈ ਹੈ ਜਿਹੜੇ ਵਿਦਿਆਰਥੀਆਂ ਨੇ ਇਹ ਪੇਪਰ ਭਰੇ ਹੋਏ ਹਨ ਐਡੀਸ਼ਨਲ ਦਾ ਕੋਈ ਵੀ ਪੇਪਰ ਭਰਿਆ ਹੋਇਆ ਕਾਈਂਡਲੀ ਇਸ ਨੂੰ ਦੇਖ ਲੈਣਾ ਚਾਹੀਦਾ ਹੈ ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਹੈ ਕਿ 8 ਜਾਂ 9 ਤਰੀਕ ਨੂੰ ਪੇਪਰ ਸ਼ੁਰੂ ਹੋ ਰਹੇ ਨੇ ਤੇ ਉਸ ਤੋਂ ਪਹਿਲਾਂ ਫਿਰ ਕੋਈ ਰਿਵੀਜ਼ਨ ਹੋ ਜਾਏ ਇਸ ਲਈ ਲਗਭਗ ਤੁਹਾਨੂੰ ਰੋਜ਼ ਅਪਡੇਟ ਰਹਿਣਾ ਪਏਗਾ ਹਾਂ ਜੇ ਕਿਸੇ ਕੋਲ ਇਨਫੋਰਮੇਸ਼ਨ ਮਿਲਦੀ ਹੈ ਮੈਨੂੰ ਫੋਨ ਕਰਕੇ ਪੁੱਛ ਸਕਦਾ ਹੈ ਮੈਂ ਯੂਨੀਵਰਸਿਟੀ ਫੋਨ ਕੀਤਾ ਸੀ ਤੇ ਇਹੀ ਹੈ ਕਿ ਲੇਟੈਸਟ ਜਿਹੜੀ ਅਪਡੇਟ ਹੈ 5 ਤਰੀਕ ਦੀ ਹੈ ਲੇਕਿਨ ਕੱਲ ਫਿਰ ਉਹ ਐਗਜ਼ਾਮੀਨੇਸ਼ਨ ਸੈਂਟਰ ਵਿੱਚ ਫੋਨ ਕਰਕੇ ਕਨਫਰਮ ਕਰਨਗੇ ਕਿ ਜਿਹੜੇ ਵਿਦਿਆਰਥੀਆਂ ਨੂੰ ਕਨਫਿਊਜ਼ਨ ਆ ਰਹੀ ਹੈ ਉਸ ਨੂੰ ਦੂਰ ਕੀਤਾ ਜਾ ਸਕੇ ਜੇਕਰ ਕੋਈ ਚੇਂਜ ਹੋਈ ਤਾਂ ਉਸ ਵਿੱਚ ਦੱਸਾਂਗਾ ਲੇਕਿਨ ਤੁਸੀਂ ਜੋ ਅਪਡੇਟ ਹੋਇਆ ਹੈ ਕਿ ਇਹ 5 ਤਰੀਕ ਵਾਲਾ ਜਿਹੜਾ ਵੀ ਹੈ 5 ਤਰੀਕ ਨੂੰ ਜਿਹੜੀਆਂ ਵੀ ਡੇਟ ਸ਼ੀਟ ਹੈ ਉਹਨਾਂ ਨੂੰ ਇੱਕ ਵਾਰੀ ਤੁਹਾਨੂੰ ਦੇਖ ਲੈਣਾ ਚਾਹੀਦਾ ਹੈ ਹੁਣ ਕਈ ਇੱਥੇ 5 ਤਰੀਕ ਨੂੰ ਚੱਲ ਰਹੀਆਂ ਹਨ ਲੇਕਿਨ ਬੀਏ ਦੀ 5th ਸੈਮ ਦੀ ਮਿਲੀ ਹੈ ਬੀਏ 3rd ਤੇ ਬੀਏ ਅ ਫਰਸਟ ਸੈਮ ਦੀ ਡੇਟ ਸ਼ੀਟ 5 ਤਰੀਕ ਨੂੰ ਕੋਈ ਦਿਖਾਈ ਨਹੀਂ ਦੇ ਰਹੀ ਕੇਅਰਫੁਲੀ ਤੁਸੀਂ ਵੀ ਚੈੱਕ ਕਰ ਸਕਦੇ ਹੋ ਜਿੱਥੇ ਬੀਏ ਸੈਮ 1 ਰੈਗੂਲਰ ਬੀਏ ਸੈਮ 3 ਬੀਏ ਸੈਮ 1 ਪ੍ਰਾਈਵੇਟ ਹੈ ਨਾ ਇਹ ਐਡੀਸ਼ਨਲ ਵਾਲਿਆਂ ਦੀ ਹੈ ਲੇਕਿਨ ਇਸ ਦੀ 2 12 2023 ਜਿਹੜੀਆਂ ਪਹਿਲੀਆਂ ਵੀਡੀਓ ਪਾਈਆਂ ਹਨ ਇਹ ਉਹੀ ਡੇਟ ਸ਼ੀਟ ਹਜੇ ਤੱਕ ਲਿਖੀ ਹੋਈ ਹੈ ਇਟ ਮੀਨਸ ਇਹ ਚੇਂਜ ਨਹੀਂ ਹੋਈ ਇੱਕ 5 ਜਿਹੜੀ ਹੈ ਸਮੈਸਟਰ 5th ਦੀ ਚੇਂਜ ਹੋਈ ਹੈ ਪਰ ਤੁਹਾਨੂੰ ਮੇਰੀ ਵੀਡੀਓ ਤੇ ਵੀ ਨਾ ਯਕੀਨ ਕਰਕੇ ਕਿਉਂਕਿ ਤਿੰਨ ਵਾਰ ਯੂਨੀਵਰਸਿਟੀ ਚੇਂਜ ਕਰ ਚੁੱਕੀ ਹੈ ਰੋਜ਼ ਅਪਡੇਟ ਰਹਿਣਾ ਪਏਗਾ ਜੇਕਰ ਕੋਈ ਚੇਂਜ ਆਂਦਾ ਹੈ ਤਾਂ ਮੈਨੂੰ ਵੀ ਦੱਸ ਸਕਦੇ ਹੋ ਤਾਂ ਜੋ ਮੈਂ ਉਸ ਨੂੰ ਵੈਰੀਫਾਈ ਕਰਕੇ ਯੂਨੀਵਰਸਿਟੀ ਫੋਨ ਕਰਕੇ ਜੇ ਕੋਈ ਚੇਂਜ ਹੁੰਦਾ ਹੈ ਉਹ ਉਸ ਨੂੰ ਫਿਰ ਵੀਡੀਓ ਪਾ ਸਕਾਂ ਕਿਸੇ ਦਾ ਨੁਕਸਾਨ ਨਾ ਹੋ ਸਕੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਟੈਨਸ਼ਨ ਨਹੀਂ ਲੈਣਾ ਸਿਰਫ ਅਪਡੇਟ ਰਹਿਣ ਦੀ ਜ਼ਰੂਰਤ ਹੈ Learn to actualize Dr. Thira Singh. Thank you.